ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਸਰਗਰਨਾ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਵੈਸਟ ਦੇਵਦਤ ਨੇ ਦੱਸਿਆ ਕਿ ਮੁਖਬਰ ਦੀ ਖਾਸ ਇਤਲਾਹ ਤੇ ਸਾਹਿਲ ਉਫਕਾਲੂ ਨਾਂ ਦੇ ਵਿਅਕਤੀ ਨੂੰ ਗਵਾਲ ਮੰਡੀ ਨਜ਼ਦੀਕ ਇੱਕ ਨਾਕਾਬੰਦੀ ਦੌਰਾਨ ਰੋਕਿਆ ਗਿਆ ਤਾਂ ਚੈਕਿੰਗ ਦੌਰਾਨ ਉਸ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੰਨਾ ਹੀ ਨਹੀਂ, ਰਿਮਾਂਡ ਦੌਰਾਨ ਸਾਹਿਲ ਉਫਕਾਲੂ ਕੋਲੋਂ 3 ਹੋਰ ਰਿਵਾਲਵਰ ਬਰਾਮਦ ਹੋਏ। ਪੁਲਿਸ ਨੇ ਸਾਹਿਲ ਉਫਕਾਲੂ ਅਤੇ ਉਸ ਦੇ ਇੱਕ ਸਾਥੀ ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 14/5/21 ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਾਹਿਲ ਏਲੀਅਸ ਕਾਲੂ ਨਾਂ ਦਾ ਜਿਹੜਾ ਗੈਂਗਸਟਰ ਟਾਈਪ ਆਦਮੀ ਹੈ ਜਿਹਨੇ ਕਾਫੀ ਲੁੱਟਾਂ ਖੋਹਾਂ ਕੀਤੀਆਂ ਹੈਗੀਆਂ ਪਹਿਲਾਂ, ਇਹਦੇ 'ਤੇ 15-14 ਦੇ ਕਰੀਬ ਮੁਕੱਦਮੇ ਪਹਿਲਾਂ ਆਲਰੇਡੀ ਦਰਜ ਨੇ। ਇਹ ਇਨਫੋਰਮੇਸ਼ਨ ਦੇ ਬੇਸਿਸ ਦੇ ਉੱਤੇ ਇਹਨੂੰ ਅਰੈਸਟ ਕੀਤਾ SHO ਜਸਪਾਲ ਸਿੰਘ ਅਤੇ SI ਸ਼ਸ਼ੀਲ ਕੁਮਾਰ ਵੱਲੋਂ। ਇਹਦੇ ਕੋਲੋਂ ਅਰੈਸਟ ਤੋਂ ਬਾਅਦ 4 ਪਿਸਟਲ ਅਸੀਂ ਜਿਹੜੇ ਆ ਉਹ ਬਰਾਮਦ ਕੀਤੇ ਅਤੇ ਦੋਸ਼ੀ ਰਿਮਾਂਡ 'ਤੇ ਅੱਗੇ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ। ਜੋ ਇਨਵੈਸਟੀਗੇਸ਼ਨ 'ਚ ਅੱਗੇ ਆਏਗਾ ਦੱਸੋ। 21/85 ਦੇ ਕਾਫੀ ਮੁਕੱਦਮੇ ਨੇ NDPS ਐਕਟ ਦੇ ਔਰ 307 ਦੇ ਵੀ ਨੇ, ਲੁੱਟਾਂ ਖੋਹਾਂ ਦੇ 388B ਦੇ ਵੀ ਹੈ। ਇਹਦੇ ਨਾਲ ਸਾਥੀ ਹੈਗੇ ਨੇ, ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਹਾਂਜੀ, ਇਹਨੂੰ FIR ਦੇ ਵਿੱਚ ਅਰੈਸਟ 307 ਦੀ FIR ਦਰਜ ਹੋਈ ਸੀ, ਉਹਦੇ 'ਚ ਅਸੀਂ ਗ੍ਰਿਫਤਾਰ ਕੀਤਾ।